ਮਾਪਿਆਂ ਦੇ ਨਾਲ ਖੇਤਾਂ 'ਚ ਝੋਨਾ ਲਾ ਰਹੀ ਇਹ ਉਹ ਹੋਣਹਾਰ ਖਿਡਾਰਨ ਹੈ ਜਿਸ ਨੇ ਆਪਣੇ ਪੰਜਾਬ ਦੇ ਲਈ ਕਈ ਮੈਡਲ ਜਿੱਤੇ ਤੇ ਹੁਣ ਖੇਡ ਮੈਦਾਨ ਦੀ ਥਾਂ ਤੇ ਖੇਤਾਂ ਦੇ ਵਿੱਚ ਡਟੀ ਹੋਈ ਹੈ ਕਿਉਂਕਿ ਇਹ ਮਜਬੂਰ ਹੈ। ਸਰਕਾਰ ਦੀ ਅਣਦੇਖੀ ਦੇ ਕਾਰਨ ਨਿਰਾਸ਼ ਤਾਂ ਹੈ ਪਰ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਖੁਦ ਹੀ ਮਿਹਨਤ ਕਰਕੇ ਤੇ ਫਿਰ ਗੇਮਾਂ ਦੇ ਵਿੱਚ ਅੱਗੇ ਵੱਧ ਰਹੀ ਹੈ। ਜੀ ਹਾਂ, ਇਸ ਦਾ ਨਾਮ ਹੈ ਵੀਰਪਾਲ ਕੌਰ। 25 ਸਾਲਾਂ ਦੀ ਵੀਰਪਾਲ ਕੌਰ ਜਿਸਨੇ ਦੌੜਾਂ ਦੀ ਵੱਖ ਵੱਖ ਕੈਟੇਗਰੀ ਦੇ ਵਿੱਚ 2 ਗੋਲਡ ਮੈਡਲ ਤੇ 3 ਕਾਂਸੇ ਦੇ ਤਗਮੇ ਜਿੱਤੇ ਨੇ, ਪਰ ਫਿਰ ਵੀ ਇਸ ਵੱਲ ਕਿਸੇ ਵੀ ਪ੍ਰਸ਼ਾਸਨ ਜਾਂ ਸਰਕਾਰ ਦਾ ਧਿਆਨ ਨਹੀਂ ਗਿਆ। ਖੇਡਾਂ ਦੇ ਲਈ ਕਾਫੀ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ। ਮੁੱਢਲੀਆਂ ਲੋੜਾਂ ਪੂਰੀਆਂ ਕਰਨ ਲਈ ਵੀ ਇੱਥੇ ਖਿਡਾਰੀਆਂ ਨੂੰ ਕਈ ਤਰ੍ਹਾਂ ਦੇ ਸਹਾਇਤਾ ਦੀ ਲੋੜ ਹੁੰਦੀ ਹੈ, ਪਰ ਵੀਰਪਾਲ ਦਾ ਹੱਥ ਕਿਸੇ ਨੇ ਨਹੀਂ ਫੜਿਆ ਤਾਂ ਫਿਰ ਵੀਰਪਾਲ ਹੁਣ ਖੁਦ ਹੀ ਆਪਣੇ ਮਾਪਿਆਂ ਦੇ ਨਾਲ ਖੇਤਾਂ ਦੇ ਵਿੱਚ ਡਟ ਕੇ ਆਪਣੀ ਜ਼ਰੂਰਤ ਨੂੰ ਪੂਰਾ ਕਰ ਰਹੀ ਹੈ। ਵੀਰਪਾਲ ਕੌਰ ਨੇ ਦੱਸਿਆ ਕਿ ਜਦੋਂ 8ਵੀਂ ਜਮਾਤ ਦੇ ਵਿੱਚ ਪੜ੍ਹਦੇ ਸੀ ਤਾਂ ਉਦੋਂ ਤੋਂ ਹੀ ਉਸਨੇ ਦੌੜਾਂ ਦੇ ਵਿੱਚ ਭਾਗ ਲੈਣਾ ਸ਼ੁਰੂ ਕਰ ਦਿੱਤਾ ਸੀ ਤੇ ਪਹਿਲੀ ਵਾਰ ਜ਼ਿਲ੍ਹਾ ਪੱਧਰ ਤੇ ਖੇਡ ਕੇ ਆਈ ਸੀ, ਜਿਸ ਤੋਂ ਬਾਅਦ ਉਸਨੂੰ ਦੌੜਨ ਦਾ ਅਜਿਹਾ ਜਨੂੰਨ ਸਵਾਰ ਹੋਇਆ ਕਿ ਉਸਨੇ ਅੱਗੇ ਜਾ ਕੇ ਵੀ ਖੇਡਾਂ ਅਪਣਾਈਆਂ ਤੇ ਦੌੜਾਂ ਦੇ ਵਿੱਚ ਹਿੱਸਾ ਲੈਣ ਲੱਗੀ। ਪਰ ਘਰ ਦੀ ਆਰਥਿਕ ਤੰਗੀ ਅਤੇ ਮਾਪਿਆਂ ਦੇ ਹਾਲਾਤ ਦੇਖ ਕੇ ਵੀਰਪਾਲ ਕੌਰ ਨੂੰ ਆਪਣੀ ਗੇਮ ਛੱਡਣੀ ਪਈ, ਜਿਸ ਤੋਂ ਬਾਅਦ ਉਸਨੇ ਮਾਪਿਆਂ ਦੇ ਨਾਲ ਰਲ ਕੇ ਮਿਹਨਤ ਮਜ਼ਦੂਰੀ ਕਰਨੀ ਸ਼ੁਰੂ ਕੀਤੀ ਤੇ ਫਿਰ ਆਪਣਾ ਘਰ ਚਲਾਇਆ। ਵੀਰਪਾਲ ਚੰਡੀਗੜ੍ਹ ਵੀ ਗਈ ਨੌਕਰੀ ਕਰਨ ਦੇ ਲਈ ਤੇ 2021 ਵਿੱਚ ਫਿਰ ਤੋਂ ਉਸਨੇ ਕੁਝ ਪੈਸੇ ਇਕੱਠੇ ਕੀਤੇ ਤੇ ਆਪਣੇ ਤੌਰ ਤੇ ਹੀ ਖੇਡ ਮੁਕਾਬਲਿਆਂ ਦੇ ਵਿੱਚ ਹਿੱਸਾ ਲੈਣ ਲੱਗੀ, ਜਿਸ ਤੋਂ ਬਾਅਦ ਉਸਨੇ ਜ਼ਿਲ੍ਹਾ ਪੱਧਰ ਤੋਂ ਬਾਅਦ ਰਾਜ ਪੱਧਰੀ ਖੇਡਾਂ 'ਚ ਵੀ ਹਿੱਸਾ ਲਿਆ ਤੇ ਕਈ ਮੈਡਲ ਵੀ ਜਿੱਤੇ। ਪਰ ਹੈਰਾਨੀ ਦੀ ਗੱਲ ਹੈ ਕਿ ਵੀਰਪਾਲ ਦੇ ਵੱਲ ਕਿਸੇ ਦਾ ਵੀ ਧਿਆਨ ਨਹੀਂ ਗਿਆ। ਜਿਸਨੇ ਆਪਣੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਉਸਨੂੰ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਅਤੇ ਹੁਣ ਆਪਣੀਆਂ ਹੀ ਜ਼ਰੂਰਤਾਂ ਨੂੰ ਪੂਰੀਆਂ ਕਰਨ ਲਈ ਖੇਤਾਂ ਦੇ ਵਿੱਚ ਡਟਣਾ ਪੈ ਰਿਹਾ ਹੈ। ਵੀਰਪਾਲ ਜਿਸਨੇ ਦੌੜਾਂ ਦੀਆਂ ਕਈ ਕੈਟੇਗਰੀਜ਼ ਦੇ ਵਿੱਚ ਕਈ ਮੈਡਲ ਜਿੱਤੇ ਤਾਂ ਉਸਦੀ ਆਪਣੀ ਜ਼ਿੰਦਗੀ ਇੱਥੇ ਹੀ ਠਹਿਰ ਗਈ ਹੈ, ਜੋ ਖੇਤਾਂ ਦੇ ਵਿੱਚ ਮਿਹਨਤ ਮਜ਼ਦੂਰੀ ਕਰਕੇ ਤੇ ਫਿਰ ਕੁਝ ਪੈਸੇ ਇਕੱਠੇ ਕਰਕੇ ਆਪਣਾ ਜ਼ਰੂਰਤ ਦਾ ਸਮਾਨ ਲੈਂਦੀ ਹੈ ਜੋ ਗੇਮ ਵਿੱਚ ਚਾਹੀਦਾ ਹੈ ਤੇ ਫਿਰ ਤੋਂ ਦੌੜਨਾ ਸ਼ੁਰੂ ਕਰ ਦਿੰਦੀ ਹੈ। ਬੇਸ਼ੱਕ ਇਸ ਵੱਲ ਕਿਸੇ ਦਾ ਧਿਆਨ ਨਹੀਂ ਜਾ ਰਿਹਾ, ਪਰ ਇਹ ਖਿਡਾਰਨ ਅਜਿਹੀ ਹੈ ਕਿ ਇਸਨੇ ਕਦਮ ਰੋਕੇ ਨਹੀਂ ਹੈ। ਥੋੜੀ ਦੇਰ ਲਈ ਠਹਿਰਦੀ ਜ਼ਰੂਰ ਹੈ ਪਰ ਹਿੰਮਤ ਨਹੀਂ ਛੱਡਦੀ। ਜਿਵੇਂ ਹੀ ਆਪਣੀ ਖੇਡਾਂ ਦਾ ਜ਼ਰੂਰਤ ਦਾ ਸਮਾਨ ਪੂਰਾ ਕਰਦੀ ਹੈ ਤਾਂ ਇਹ ਫਿਰ ਤੋਂ ਦੌੜਨਾ ਸ਼ੁਰੂ ਕਰ ਦਿੰਦੀ ਹੈ। ਵੀਰਪਾਲ ਅੱਗੇ ਪੜ੍ਹਨਾ ਵੀ ਚਾਹੁੰਦੀ ਹੈ, ਉਹ BPED ਕਰਨਾ ਚਾਹੁੰਦੀ ਹੈ ਤੇ ਉਸਦੀ ਪੜ੍ਹਾਈ ਲਈ ਫੀਸ ਕਾਫੀ ਜ਼ਿਆਦਾ ਹੈ ਜੋ ਪੂਰੀ ਨਹੀਂ ਹੋ ਪਾ ਰਹੀ ਹੈ, ਇਸ ਲਈ ਉਹ ਖੁਦ ਹੀ ਮਿਹਨਤ ਮਜ਼ਦੂਰੀ ਕਰ ਰਹੀ ਹੈ। ਖੇਡਾਂ 'ਚ ਭਾਗ ਲੈਣ ਦੇ ਨਾਲ ਨਾਲ ਉਹ ਆਪਣੀ ਪੜ੍ਹਾਈ ਵੱਲ ਵੀ ਧਿਆਨ ਦੇਣਾ ਚਾਹੁੰਦੀ ਹੈ। ਫਿਰ ਵੀ ਉਹ ਸਰਕਾਰਾਂ ਨੂੰ ਗੁਹਾਰ ਲਗਾ ਰਹੀ ਹੈ ਕਿ ਉਸਨੂੰ ਸਹਾਇਤਾ ਦੀ ਲੋੜ ਹੈ ਤੇ ਜੇਕਰ ਸਰਕਾਰ ਉਸਦੀ ਮਦਦ ਕਰੇ ਤਾਂ ਆਪਣੀਆਂ ਗੇਮ ਦੇ ਨਾਲ ਨਾਲ ਆਪਣੀ ਪੜ੍ਹਾਈ ਨੂੰ ਵੀ ਵਧੀਆ ਤਰੀਕੇ ਨਾਲ ਚਲਾ ਸਕਦੀ ਹੈ ਤੇ ਆਪਣੇ ਪੰਜਾਬ ਦੇ ਨਾਲ ਨਾਲ ਦੇਸ਼ ਦਾ ਨਾਮ ਵੀ ਰੋਸ਼ਨ ਕਰ ਸਕੇਗੀ। ਹਾਂਜੀ, ਜੇ ਗੱਲ ਕਰੀਏ ਮੇਰੇ ਫੈਮਿਲੀ ਦੀ ਤਾਂ ਮੇਰੀ ਫੈਮਿਲੀ ਇੰਨੇ ਜੋਗੀ ਹੈ ਨਹੀਂ ਕਿ ਉਹ ਮੈਨੂੰ ਅੱਗੇ ਪੜ੍ਹਾ ਸਕੇ, ਖੜਾ ਸਕੇ, ਤਾਂ ਮੇਰੀ ਫੈਮਿਲੀ ਦੀਆਂ ਕੰਡੀਸ਼ਨਸ ਨੇ ਉਹ ਬਹੁਤ ਜ਼ਿਆਦਾ ਵੀਕ ਨੇ, ਇਸ ਲਈ
ਇਸ ਲਈ ਮੈਂ ਇਹੀ ਚਾਹ ਮਤਲਬ ਕਿ ਮੈਂ ਅੱਗੇ ਜਦੋਂ ਮੇਰੀ ਗੇਮ ਲਾਈਨ ਸਟਾਰਟ ਹੋਈ ਸੀ ਤਾਂ ਮੈਂ 8th ਕਲਾਸ ਤੋਂ ਸਟਾਰਟ ਕੀਤਾ ਸੀਗਾ, ਅਤੇ ਲਗਭਗ ਉਸ ਟਾਈਮ ਤੋਂ ਲੈ ਕੇ ਅੱਜ ਮੈਨੂੰ 12 ਤੋਂ 13 ਸਾਲ ਹੋ ਗਏ ਨੇ ਪ੍ਰੈਕਟਿਸ ਕਰਦੀ ਨੂੰ। ਬਟ ਉਹਦੇ ਮੇਨ ਪ੍ਰੋਬਲਮ ਇਹੀ ਸੀ ਕਿ ਮੈਨੂੰ 12 ਤੋਂ 13 ਸਾਲ ਲੱਗ ਗਏ ਅੱਜ ਤੱਕ ਇੱਥੇ ਪਹੁੰਚਣ ਤੱਕ, ਕਿਉਂਕਿ ਮੈਨੂੰ ਕਦੇ ਕੋਈ ਵਧੀਆ ਕੋਚ ਪ੍ਰੋਵਾਈਡ ਨਹੀਂ ਹੋਇਆ, ਨਾ ਹੀ ਕੋਈ ਮੈਨੂੰ ਵਧੀਆ ਕੋਚਿੰਗ ਦਾ ਪਤਾ ਸੀਗਾ। ਜਿੰਨਾ ਮੇਰੇ ਤੋਂ ਹੋ ਸਕਦਾ ਸੀ ਮੈਂ ਉਨਾ ਕਰਨ ਦੀ ਕੋਸ਼ਿਸ਼ ਕੀਤੀ, ਅਤੇ ਅੱਜ ਮੈਂ ਸਟੇਟ ਲੈਵਲ 'ਤੇ ਮੈਡਲ ਹਾਸਲ ਕਰੇ ਨੇ ਆਪਣੇ ਆਪ। ਮੈਨੂੰ ਇਹ ਚੀਜ਼ ਫੀਲ ਹੁੰਦੀ ਹੈ ਕਿ ਅਗਰ ਜੇ ਮੇਰੇ ਕੋਲ ਕੋਈ ਚੰਗੀ ਕੋਚਿੰਗ ਹੁੰਦੀ ਤਾਂ ਸ਼ਾਇਦ ਮੈਂ ਅੱਜ ਤੱਕ ਇੰਟਰਨੈਸ਼ਨਲ ਵੀ ਖੇਡ ਚੁੱਕੀ ਹੁੰਦੀ। ਹਾਂਜੀ, ਨੈਸ਼ਨਲ ਵਿੱਚ ਮੇਰੇ 3 ਗੋਲਡ ਮੈਡਲ ਨੇ, 3 ਗੋਲਡ ਮੈਡਲ ਨੇ ਮੇਰੇ, ਸਟੇਟ ਵਿੱਚ 4 ਬ੍ਰੌਂਜ਼ ਨੇ ਮੇਰੇ। ਤਾਂ ਨੈਸ਼ਨਲ ਵਿੱਚ ਜਦੋਂ ਸਟੇਟ ਤੋਂ ਬਾਅਦ ਮੇਰਾ ਨੈਸ਼ਨਲ ਵਿੱਚ ਕੁਆਲੀਫਾਈ ਕਰਿਆ ਸੀਗਾ ਮੈਂ, ਉਸ ਟਾਈਮ ਮੇਰੇ ਕੋਲ ਫੈਡਰੇਸ਼ਨ ਦੀ ਆਈਡੀ ਨਾ ਹੋਣ ਕਰਕੇ ਮੈਂ ਨੈਸ਼ਨਲ ਨਹੀਂ ਜਾ ਸਕੀ ਸੀਗੀ। ਉਸ ਤੋਂ ਬਾਅਦ ਫਿਰ ਮੈਂ ਹੁਣ ਲੌਂਗ ਰੇਸਿਸ ਭੱਜਣੀਆਂ ਸਟਾਰਟ ਕਰੀਆਂ, ਮੈਂ ਹਾਫ ਮੈਰਾਥਨ ਭੱਜਦੀ ਹਾਂ। ਹਾਫ ਮੈਰਾਥਨ ਵਿੱਚ ਮੈਂ BSF ਵਿੱਚ ਹਾਫ ਮੈਰਾਥਨ ਭੱਜੀ ਸੀ, ਉਹਦੇ ਵਿੱਚ ਮੇਰਾ 2nd ਪ੍ਰਾਈਜ਼ ਸੀ। ਉਸ ਤੋਂ ਬਾਅਦ ਫਿਰ ਮੈਂ ਹੌਲੀ ਹੌਲੀ ਇੱਦਾਂ ਹੀ 2 ਸਾਲ ਮੇਰੀ ਜਦੋਂ ਸਟੱਡੀ ਦੇ ਬੀਤੇ ਤਾਂ ਉਸ ਤੋਂ ਬਾਅਦ ਫਿਰ ਮੈਂ 3 ਸਾਲ ਸਟੱਡੀ ਕਰਨ ਤੋਂ ਬਾਅਦ 2020 'ਚ ਲੋਕਡਾਊਨ ਹੋਣ ਦੇ ਕਰਕੇ ਮੈਂ ਸਟੱਡੀ ਕੰਟੀਨਿਊ ਨਹੀਂ ਕਰ ਸਕੀ। ਸਟੱਡੀ ਕੰਟੀਨਿਊ ਕਰਨ ਨਾ ਕਰਨ ਦੀ ਵਜ੍ਹਾ ਨਾਲ ਉਸ ਤੋਂ ਬਾਅਦ ਫਿਰ 3 ਸਾਲ ਮੇਰਾ ਸਟੱਡੀ ਦਾ ਗੈਪ ਰਿਹਾ। ਉਸ ਤੋਂ ਬਾਅਦ 2021 'ਚ ਫਿਰ ਮੈਂ 2 ਸਾਲ ਜੋਬ ਕਰੀ, ਚੰਡੀਗੜ੍ਹ ਰਹਿ ਗਏ। ਉਸ ਤੋਂ ਬਾਅਦ ਆ ਕੇ ਵਾਪਸ ਜਦੋਂ ਘਰ ਆਈ ਤਾਂ ਫਿਰ ਮੈਨੂੰ ਲੱਗਣ ਲੱਗਿਆ ਕਿ ਨਹੀਂ, ਮੈਨੂੰ ਮੇਰੀ ਫੀਲਡ 'ਤੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਗਾ। ਮੈਂ ਉੱਥੇ ਵੀ ਜਦੋਂ ਮੈਂ ਜੋਬ ਕਰਦੀ ਸੀ ਉਹਦੇ ਨਾਲ ਨਾਲ ਮੈਂ ਇੱਦਾਂ ਰੋਡ ਰਨਿੰਗ ਕਰਦੀ ਹੁੰਦੀ ਸੀਗੀ। ਉਸ ਤੋਂ ਬਾਅਦ ਮੈਂ ਘਰ ਆਈ, ਜਦੋਂ ਘਰ ਆ ਕੇ ਫਿਰ ਮੈਂ ਦੁਬਾਰਾ ਫਿਰ ਪ੍ਰੈਕਟਿਸ ਕਰਨੀ ਸਟਾਰਟ ਕੀਤੀ, ਜਿਹਦੇ ਜਿੱਦਾਂ ਪ੍ਰੈਕਟਿਸ ਕਰ ਮੈਂ ਬਹੁਤ ਜ਼ਿਆਦਾ ਪ੍ਰੈਕਟਿਸ ਕਰੀ, ਅਤੇ ਫਿਰ ਮੈਂ ਸਟੇਟ ਵਿੱਚ ਖੇਡੀ। ਝੋਨਾ ਲਾਉਣਾ ਮੇਰੀ ਸਭ ਤੋਂ ਬਸ ਮੈਂ ਕੋਈ ਮੇਰੇ ਕੋਲ ਕੋਈ ਇਨਕਮ ਦਾ ਸੋਰਸ ਨਹੀਂ ਬਚ ਗਿਆ ਸੀਗਾ ਜਦੋਂ ਮੈਂ BPED 'ਚ ਐਡਮਿਸ਼ਨ ਲਈ। ਤਾਂ ਉਸ ਤੋਂ ਬਾਅਦ ਮੇਰੇ ਕੋਲ ਮੇਰੀ ਫੀਸ ਬਹੁਤ ਜ਼ਿਆਦਾ ਸੀਗੀ, ਫੀਸ ਭਰਨ ਦੇ ਲਈ ਮੈਨੂੰ ਝੋਨਾ ਲਾਉਣਾ ਪੈ ਰਿਹਾ। ਜਿੱਦਾਂ ਕਿ ਹੁਣ 35,000 ਰੁਪਇਆ ਫੀਸ ਭਰਨੀ ਆਪਣੇ ਕਾਲਜ ਦੀ, ਤਾਂ ਮੇਰੇ ਮਦਰ ਫਾਦਰ ਮੈਨੂੰ ਇੰਨੀ ਸਪੋਰਟ ਨਹੀਂ ਕਰ ਸਕਦੇ ਕਿ ਉਹ ਮੇਰੀ ਇੰਨੀ ਫੀਸ ਭਰ ਸਕਣ। ਤੁਹਾਨੂੰ ਲੱਗਦਾ ਵੀ ਤੁਹਾਡੇ ਨਾਲ ਕਿਤੇ ਪਾਰਸ਼ੈਲਿਟੀ ਵੀ ਹੋਈ ਹੈ? ਹਾਂਜੀ, ਇਹ ਚੀਜ਼ ਵੀ ਫੀਲ ਹੁੰਦੀ ਆ, ਕਿਉਂਕਿ ਜਦੋਂ ਵੀ ਮੈਂ ਕਿਤੇ ਚੰਗੇ ਗਰਾਊਂਡ 'ਚ ਜਾਂਦੀ ਸੀਗੀ ਤਾਂ ਫਿਰ ਉੱਥੇ ਇਹ ਚੀਜ਼ ਫੀਲ ਹੁੰਦੀ ਸੀਗੀ ਕਿ ਮਤਲਬ ਵੀ ਉੱਥੇ ਜਿਹੜੇ ਥੋੜੇ ਜਿਹੇ ਵਧੀਆ ਬੱਚੇ ਨੇ ਉਹਨਾਂ ਨੂੰ ਜ਼ਿਆਦਾ ਵਧੀਆ ਸਿਖਾਇਆ ਜਾਂਦਾ ਸੀਗਾ ਤੇ ਸਾਡੇ ਵੱਲ ਕਦੀ ਧਿਆਨ ਨਹੀਂ ਦਿੱਤਾ ਗਿਆ। ਇੱਦਾਂ ਹੀ ਲੱਗਦਾ ਸੀਗਾ ਕਿ ਸ਼ਾਇਦ ਕੋਈ ਅਸੀਂ ਘੱਟ ਹੈ ਜਾਂ ਤਾਂ ਕਿਤੋਂ, ਜਾਂ ਫਿਰ ਉਹਨਾਂ ਨੂੰ ਇਹ ਚੀਜ਼ ਲੱਗਦੀ ਸੀ, ਜਾਂ ਕਿ ਅੱਜ ਦਾ ਟਾਈਮ ਇਹ ਹੈ ਕਿ ਲੋਕ ਡਰੈਸਿੰਗ ਸੈਂਸ ਤੋਂ ਜੱਜ ਕਰਦੇ ਨੇ। ਤਾਂ ਮੈਂ ਆਪਣੇ ਦੀ ਡਰੈਸਿੰਗ ਸੈਂਸ ਨੂੰ ਲੈ ਕੇ ਵੀ ਬਹੁਤ ਸਾਰੀਆਂ ਗੱਲਾਂ ਨੂੰ ਸੁਣਿਆ ਹੈਗਾ। ਜਿੱਦਾਂ ਕਿ ਮੈਨੂੰ ਜਵਾਕ ਕਹਿੰਦੇ ਹੁੰਦੇ ਸੀ ਕਿ ਇਹਨੂੰ ਕੱਪੜੇ ਪਾਉਣ ਦਾ ਚੱਜ ਨਹੀਂ ਹੈਗਾ ਜਾਂ ਕਾਫੀ ਕੁਛ, ਬਟ ਮੈਂ ਉਹਨਾਂ ਚੀਜ਼ਾਂ ਨੂੰ ਪਿੱਛੇ ਰੱਖ ਕੇ ਫਿਰ ਅੱਗੇ ਵਧੀ ਹਾਂ। ਅੱਗੇ ਮੈਂ ਮਤਲਬ ਕਿ ਮੇਰਾ ਡ੍ਰੀਮ ਇਹ ਸੀਗਾ ਕਿ ਮੈਂ ਇੰਡੀਆ ਲੈਵਲ ਤੇ ਖੇਡਾਂ, ਇੰਡੀਆ ਦੀ ਮੈਂ ਬੈਸਟ ਪਲੇਅਰ ਬਣਾ, ਮੈਂ ਬਾਹਰ ਨੈਸ਼ਨਲ ਇੰਟਰਨੈਸ਼ਨਲ ਵਰਲਡ ਤੱਕ ਖੇਡਾਂ, ਬਟ ਕੁਛ ਕੰਡੀਸ਼ਨਸ ਕਰਕੇ ਮੈਂ ਉੱਥੋਂ ਤੱਕ ਨਹੀਂ ਪਹੁੰਚ ਸਕੀ। ਤੇ ਅੱਜ ਦਾ ਜੇ ਟਾਈਮ ਆ ਦੇਖਾਂ, ਮੇਰੀ ਏਜ ਆ 25 ਈਅਰਸ ਹੋ ਗਈ ਆ, ਤਾਂ ਮੈਨੂੰ ਲੱਗਦਾ ਨਹੀਂ ਗਾ ਕਿ ਮੇਰਾ ਉੱਥੇ ਪਹੁੰਚਣਾ ਪੋਸੀਬਲ ਹੈਗਾ। ਤਾਂ ਮੈਂ ਹਾਂਜੀ, ਅਗਰ ਮੈਨੂੰ ਮੌਕਾ ਮਿਲੂਗਾ, ਅਗਰ ਮੈਨੂੰ ਸਾਰੀਆਂ ਚੀਜ਼ਾਂ ਪ੍ਰੋਵਾਈਡ ਹੁੰਦੀਆਂ ਨੇ ਤਾਂ ਮੈਂ ਰੈਡੀ ਹਾਂ ਉਸ ਚੀਜ਼ ਲਈ। ਸਰਕਾਰ ਤੋਂ ਮੈਂ ਇਹੀ ਚੀਜ਼ ਚਾਹੁੰਦੀ ਹਾਂ ਕਿ ਮੈਨੂੰ ਇਹ ਚੀਜ਼ ਫੀਲ ਹੁੰਦੀ ਹੈ ਕਿ ਅਗਰ ਮੇਰੇ ਕੋਲ ਚੰਗੀ ਜੋਬ ਹੋਗੀ ਤਾਂ ਮੈਂ ਇੱਕ ਚੰਗੀ ਗੇਮ ਕਰ ਸਕਦੀ ਹਾਂ, ਤੇ ਉਹਦੇ ਲਈ ਮੇਰੀ ਸਰਕਾਰ ਨੂੰ ਇਹੀ ਅਪੀਲ ਹੈ ਕਿ ਪਲੀਜ਼ ਉਹ ਮੈਨੂੰ ਇੱਕ ਚੰਗੀ ਜੋਬ ਪ੍ਰੋਵਾਈਡ ਕਰਨ। ਬੇਟੀ ਬਾਰੇ ਤਾਂ ਜੀ ਅਸੀਂ ਬਸ ਵਿਚਾਰੀ ਭੱਜੀ ਨੱਸੀ ਫਿਰਦੀ ਰਹੀ, ਪੜ੍ਹੀ ਲਿਖੀ ਗਈ, ਹੁਣ ਤੀਕਰ ਇੰਥੁਕ ਤੀਕਰ ਹੋ ਗਈ। ਹੁਣ ਸਾਥੋਂ ਇਹਦੀ ਕੋਈ ਬਾਂਹ ਨਹੀਂ ਫੜੀ ਜਾਂਦੀ ਗੀ ਵੀ ਕੋਈ ਇਹਨੂੰ ਖੁਰਾਕ ਨਹੀਂ ਦਿੱਤੀ ਜਾਂਦੀ, ਕੋਈ ਹੁੰਦੀ ਦਾ ਕੱਪੜਾ ਨਹੀਂ ਜੁੜਦਾ, ਕੋਈ ਇਹਦੀ ਫੀਸ ਨਹੀਂ ਭਰੀ ਜਾਂਦੀ। ਹੁਣ ਵਿਚਾਰੀ ਝੋਨਾ ਲਾਉਂਦੀ ਹੈ,
ਸਰਕਾਰ ਤੋਂ ਇਹੀ ਮੰਗ ਆ ਸਾਡੀ ਤਾਂ, ਇਹਨੂੰ ਕੋਈ ਨੌਕਰੀ ਮਿਲ ਜੇ, ਜਾਂ ਕੋਈ ਇਹ ਜਿਹੜੀ ਗੇਮ ਕਰਦੀ ਹੈ ਇਹਦੇ ਵਿੱਚ ਕੋਈ ਇਹਨੂੰ ਮਿਲਣ ਲੱਗ ਜੇ, ਆਪਦਾ ਪੜ੍ਹਾਈ ਵੀ ਕਰੀ ਜਾਵੇ, ਆਪਦੀ ਗੇਮ ਵੀ ਕਰੀ ਜਾਵੇ। ਕੀ ਬੇਟੀ ਨੂੰ ਕੀ ਬਣਨਾ, ਕੀ ਵੱਡਾ ਅਫਸਰ ਬਣਨਾ, ਕੋਈ ਵੱਡਾ ਅਫਸਰ ਬਣ ਜੇ, ਕੋਈ ਐਸਪੀ ਬਣ ਜੇ, ਕੋਈ ਹੋਰ ਬਣ ਜੇ, ਕੋਈ ਹਾਂ ਜਾਂ ਕੋਈ ਡੀਸੀ ਬਣ ਜੇ, ਜਾਂ ਕੋਈ ਐਸਪੀ ਬਣ ਜੇ, ਕੋਈ ਆਪਦਾ ਆਪਦਾ ਵੀ ਭਲਾ ਹੋ ਜੇ, ਲੋਕਾਂ ਦਾ ਵੀ ਭਲਾ ਕਰੇ ਨਾਲ। ਮੇਰਾ ਨਾਮ ਸੁਖਦੇਵ ਸਿੰਘ ਹੈ ਜੀ। ਸੁਖਦੇਵ ਸਿੰਘ ਦੀ ਬੇਟੀ ਬਾਰੇ ਦੱਸਿਓ ਕਿਸ ਤਰ੍ਹਾਂ ਦੀ ਪਾਲਣ। ਮੇਰੀ ਬੇਟੀ ਹੈ ਜਿਹੜੀ, ਇਹ ਬਹੁਤ ਮਿਹਨਤੀ ਹੈ, ਗੇਮ ਵੀ ਕਰ ਰਹੀ ਆ, ਜਿਹੜੀ ਪੜ੍ਹਾਈ ਆ ਨਾਲ ਨਾਲ ਪੜ੍ਹਾਈ ਵੀ ਚੱਲੀ ਜਾਂਦੀ ਹੈ। ਪਰ ਗੱਲ ਕੀ ਹੈ ਜੀ, ਵੀ ਅਸੀਂ ਗਰੀਬ ਬੰਦੇ ਹਾਂ, ਅਸੀਂ ਇਹਦੀ ਜ਼ਰੂਰਤ ਪੂਰੀ ਨਹੀਂ ਕਰ ਸਕਦੇ। ਪੰਜ ਮੇਰੇ ਬੇਟੀਆਂ, ਅਸੀਂ ਇਹਦੀ ਜਿਹੜੀ ਮਿਹਨਤ ਆ, ਇਹਦੀ ਮਿਹਨਤ ਨੂੰ ਪੂਰੀ ਕਰਨ ਵਾਸਤੇ ਮਜਬੂਰ ਹਾਂ, ਕਿਉਂਕਿ ਅਸੀਂ ਇਹਦਾ ਖਰਚਾ ਪੂਰਾ ਨਹੀਂ ਕਰ ਸਕਦੇ, ਗਰੀਬ ਬੰਦੇ ਆ। ਤੇ ਇਹ ਆਪਦਾ ਖਰਚਾ ਪੂਰਾ ਕਰਨ ਲਈ ਕੀ ਕਰਦੀ ਹੈ? ਇਹਨੂੰ ਆਪਦਾ ਖਰਚਾ ਪੂਰਾ ਕਰਨ ਵਾਸਤੇ ਹੀ ਆਹ ਹਾਲਾਤ ਵੇਖ ਲਓ, ਵੀ ਇਹਨੂੰ ਅੱਜ 1000 ਰੁਪਏ ਪਿੱਛੇ ਝੋਨਾ ਲਾਉਣਾ ਪਿਆ ਸੀ। ਤੇ ਕੀ ਮੰਗ ਕਰਦੇ ਹੋ? ਮੰਗ ਅਸੀਂ ਇਹੀ ਕਰਦੇ ਹਾਂ ਵੀ ਕੋਈ ਵੀ ਸਰਕਾਰ ਆ, ਆਪਣੇ ਪੰਜਾਬ ਦੀ ਸਰਕਾਰ ਆ, ਇਹਦੀ ਕੋਈ ਬਾਂਹ ਫੜੇ, ਇਹਨੂੰ ਕੋਈ ਨੌਕਰੀ ਦੇਵੇ, ਜਾਂ ਇਹਨੂੰ ਕੋਈ ਗੇਮ ਦੇ ਲੈਵਲ ਤੇ। ਕੀ ਨਾਮ ਤੁਹਾਡਾ ਜੀ? ਮੇਰਾ ਨਾਮ ਸੁਖਵਿੰਦਰ ਕੌਰ ਆ ਜੀ। ਸੁਖਵਿੰਦਰ ਕੌਰ ਜੀ, ਆ ਤੁਹਾਡੇ ਨਾਲ ਵੀਰਪਾਲ ਕੌਰ ਝੋਨਾ ਲਾਉਂਦੀ ਹੈ, ਕੀ ਕਹਿਣਾ ਚਾਹੁੰਦੇ? ਹਾਂਜੀ ਸਰ, ਬੇਨਤੀ ਹੈ ਜੀ, ਇਹ ਬੱਚੀ ਆ ਝੋਨਾ ਲਾ ਰਹੀ ਹੈ ਸਾਡੇ ਨਾਲ ਲੇਬਰ ਦੇ ਵਿੱਚ, ਇੰਨਾ ਪੜ੍ਹ ਲਿਖ ਕੇ ਡਿਗਰੀਆਂ ਲੈ ਕੇ, ਅੱਜ ਇੰਨਾ ਪੜ੍ਹਨ ਲਿਖਣ ਦੇ ਬਾਵਜੂਦ ਵੀ ਸਾਡੇ ਨਾਲ ਝੋਨਾ ਲਾ ਰਹੀ ਹੈ, ਕਿਉਂਕਿ ਵਜ੍ਹਾ ਇਹ ਹੈਗੀ ਹੈ ਵੀ ਗਰੀਬ ਪਰਿਵਾਰ ਹੈ, ਕੋਈ ਸਹਾਰਾ ਹੈ ਨੀਗਾ, ਨਾਲ ਲੇਬਰ 'ਚ ਕੰਮ ਕਰਦੇ ਆ ਜੀ, ਇੰਨਾ ਹੈ ਨੀਗਾ ਜੀ। ਹਾਂਜੀ ਸਰਕਾਰਾਂ ਤੋਂ, ਬਸ ਸਰਕਾਰਾਂ ਦੀ ਇਹੀ ਗਲਤੀ ਹੈ ਵੀ ਇੰਨਾ ਪੜ੍ਹ ਲਿਖ ਕੇ ਤੇ ਸਰਕਾਰਾਂ ਇਹਨਾਂ ਦੇ ਸਾਥ ਨਹੀਂ ਦੇ ਰਹੀਆਂ ਬੱਚੀ ਦੀਆਂ। ਤੁਸੀਂ ਕੀ ਮੰਗ ਕਰਦੇ ਹੋ? ਅਸੀਂ ਮੰਗ ਕਰ ਰਹੇ ਹਾਂ ਜੀ, ਇਹ ਬੇਟੀ ਦਾ ਵੀ ਵਿਚਾਰੀ ਨੂੰ ਕੋਈ ਨੌਕਰੀ ਮਿਲ ਜੇ, ਪੜ੍ਹੀ ਲਿਖੀ ਬੇਟੀ ਹੈਗੀ ਹੈ ਸਾਡੇ ਨਾਲ ਲੇਬਰ ਦੇ ਵਿੱਚ ਕੰਮ ਕਰ ਰਹੀ ਹੈ। ਹਾਂਜੀ ਪਲੇਅਰ ਵੀ ਹੈ ਜੀ, ਖਿਡਾਰਨ ਪੂਰੀ ਹੈ ਤੇ ਸਾਡੇ ਨਾਲ ਕੰਮ ਕਰ ਰਹੀ ਹੈ ਲੇਬਰ ਦੇ ਵਿੱਚ, ਸਾਨੂੰ ਵੀ ਬਹੁਤ ਦੁੱਖ ਮਹਿਸੂਸ ਹੁੰਦਾ ਇਸ ਗੱਲ ਦਾ।